ਕਹਿਣਾ ਹੈ ਉਹ ਕਹਿੰਦੇ ਫਤਿਆਬਾਦ ਦੀ ਟੀਮ ਹੈ ਅੱਜ ਕੰਮੂ ਭਲਵਾਨ ਆਇਆ ਹੈ ਤੇ ਗੱਲਾਂ ਹੋਣਗੀਆਂ ਜ਼ਰੂਰ ਲੈ ਵੀ ਕਾਬਲ ਬਾਈ ਜੇ ਆਵਾਜ਼ ਹੋਰ ਖੁੱਲਦੀ ਹੈ ਤਾਂ ਖੋਲ ਲੈ ਲੈ ਉਹ ਕਹਿੰਦੇ ਪਹਿਲੀ ਕਬੱਡੀ ਪੈਣ ਲੱਗੀ ਹੈ ਆਹ ਨੌਜਵਾਨ ਦਾ ਕਹਿੰਦੇ ਦੁਬਲੀ ਪਿੰਡ ਹੈ ਜੁਗਰਾਜ ਸਿੰਘ ਨਾਮ ਹੈ ਤੇ ਲੋਕੀ ਭੀਮ ਭੀਮ ਕਿਸੇ ਗੱਲ ਨੂੰ ਹੀ ਕਹਿੰਦੇ ਆ ਸਰਦਾਰ ਪਿਆਰਾ ਸਿੰਘ ਜੀ ਨੇ ਕਹਿੰਦੇ ਵੱਡੇ ਮਾਣ 200 ਦੇ ਭੇਜੇ ਆ ਵੱਡਾ ਧੰਨਵਾਦ ਲਓ ਦੇਖਾਂਗੇ ਪਿਆਰਾ ਸਿੰਘ ਜੀ ਸਾਹਮਣੇ ਕੀ ਬਣਦਾ ਇਹ ਆ ਕਹਿੰਦੇ ਦੁਬਲੀ ਵਾਲਾ ਭੀਮ ਇਹ ਤਾਂ ਲੋਕੀ ਗੱਲਾਂ ਕਰਦੇ ਵੀ ਟੋਰਾਂਟੋ ਵੀ ਲੋਟ ਨਹੀਂ ਆਇਆ ਕਿਸੇ ਤੋਂ ਇਹ ਤਾਂ ਕਹਿੰਦੇ ਟੋਰਾਂਟੋ ਵੀ ਲੋਟ ਨਹੀਂ ਆਇਆ ਕਿਸੇ ਤੋਂ ਲਾ ਉਹ ਕਹਿੰਦੇ ਸਿਮਰਨ ਦੀ ਇਸ ਵੇਲੇ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਇੱਕ ਪਾਸੇ ਕਹਿੰਦੇ ਗਿੰਦਰ ਹੈ ਦੂਜੀ ਕੰਨੀ ਦੇ ਕਹਿੰਦੇ ਭੀਰਾ ਹੈ ਨਾਲ ਕਹਿੰਦੇ ਗੋਪੀ ਦੇ ਕਰਮਜੀਤ ਚਾਰ ਜਾਫੀ ਹੈ ਵੱਡੀ ਮਿਹਰ ਹੈ ਕਹਿੰਦੇ ਬਾਬਾ ਲਖੀਆ ਜੀ ਦੀ ਇਹ ਧਰਤੀ ਦੇ ਉੱਪਰ ਪੰਜਵੇਂ ਪਾਤਸ਼ਾਹ ਦਾ ਸਮਾਂ ਯਾਦ ਹੋਵੇਗਾ ਬਜ਼ੁਰਗਾਂ ਨੂੰ ਵੀ ਕਹਿੰਦੇ ਕੀ ਕੁਛ ਹੋਇਆ ਪਰ ਆਹ ਦੇਖਾਂਗੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਉਹ ਪੈਂਦੀ ਰੇਡ ਦੁਨੀਆ ਦੇ ਵੀ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉੱਧਰ ਕਹਿੰਦੇ ਭੂਰਿਆਂ ਵਾਲਾ ਗਿੰਦਰ ਓਏ ਗਿੰਦਰਾ ਲੋਕ ਕਹਿੰਦੇ ਇਲਾਕਾ ਹੈ ਲੋਕ ਕਹਿੰਦੇ ਇਲਾਕਾ ਹੈ ਤੇ ਕੁਝ ਕਰਨਾ ਪੈਣਾ ਕੁਝ ਕਰਨਾ ਪੈਣਾ ਆ ਕਹਿੰਦੇ ਮਾਝੇ ਦਾ ਦੁੱਲਾ ਹੈ ਆ ਕਹਿੰਦੇ ਮਾਝੇ ਦਾ ਦੁੱਲਾ ਹੈ ਵਰਿੰਦਰ ਸਿੰਘ ਨਾਮ ਹੈ ਦੁਨੀਆ ਪਿਆਰ ਨਾਲ ਦੁੱਲਾ ਦੁੱਲਾ ਕਹਿੰਦੀ ਹੈ ਲਾਓ ਸਾਹਮਣੇ ਹੁਣ ਦੇਖਾਂਗੇ ਵੀ ਕਿਹੜੇ ਖੜਦੇ ਆ ਲਾਓ ਪੱਲੇ 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 ਬਾਬਾ ਜੀ ਊਂ ਹੀ ਡਿੱਗਦੇ ਫਿਰਦੇ ਹੋ ਵੱਖਰਾ ਸਵਾਦ ਕਬੱਡੀ 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 ਓਏ ਉਹਨੇ ਉੱਧਰ ਕਹਿੰਦੇ ਵਰਿੰਦਰ ਨੇ ਕਿਹਨੂੰ ਛੇੜ ਲਿਆ ਓਏ ਗੁਰ ਦਿੱਤ ਵਰਿੰਦਰ ਇਹ ਕਿੱਥੇ ਬਾਪੂ ਜੀ ਧਮਕ ਰਹੇ ਡਿੱਗਦੇ ਫਿਰਦੇ ਸੀ ਕਿੱਥੇ ਉਹਨਾਂ ਨੂੰ ਬਿਠਾਇਓ ਫੜ ਕੇ ਉਧਰ ਕਹਿੰਦੇ ਸੁਖਮਨ ਵੀ ਆ ਗਿਆ ਗਰਾਊਂਡ ਦੇ ਵਿੱਚ ਬਾਬਾ ਜੀ ਬਹਿ ਜਾਓ ਕਿਰਪਾ ਕਰਕੇ ਪਿੱਛੇ ਟਿੱਕਾ ਲੱਗਦਾ ਬਾਬਾ ਜੀ ਬਹਿ ਜਾਓ ਕਿਰਪਾ ਕਰਕੇ ਪਿੱਛੇ ਟਿੱਕਾ ਲੱਗਦਾ ਬਾਬਾ ਜੀ ਬਹਿ ਜਾਓ ਕਿਰਪਾ ਕਰਕੇ ਪਿੱਛੇ ਟਿੱਕਾ ਲੱਗਦਾ ਜੀ ਉਹ ਰੌਲਾ ਪਾਉਂਦੇ ਆ ਬਹਿ ਜਾਓ ਲਾਓ ਸਾਹਮਣੇ ਕਹਿੰਦੇ ਢੋਲੀ ਝਬਾਲ ਵਾਲਾ ਇਸ ਵੇਲੇ ਨੌਜਵਾਨ ਇੱਕ ਤਕੜੇ ਨੰਬਰ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਮੇਰੀ ਬੇਨਤੀ ਹੈ ਜਿਹੜੇ ਵਿੱਚ ਆ ਗਏ ਹੁਣ ਬਹਿਣਾ ਪੈਣਾ ਬੇਸ਼ੱਕ ਉੱਤੇ ਡਿੱਗਿਆ ਤਾਂ ਵੀ ਬੈਠੇ ਹੀ ਰਹਿਣਾ ਪੈਣਾ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਲਓ ਸਾਹਮਣੇ ਕਹਿੰਦੇ ਜੋਬਣ ਦੀ ਕਬੱਡੀ ਪੈ ਰਹੀ ਹੈ ਅੰਕਲ ਜੀ ਹੁਣ ਟੈਨਸ਼ਨ ਨਾ ਲਓ ਆਪੇ ਹੀ ਪਿੱਛੇ ਨੂੰ ਹਟਣਗੇ ਖੜਕੇ ਨਾ ਲਓ ਜੇ ਗੁਰਦਿੱਤਿਆਂ ਵਰਗਾ ਇੱਕ ਵਾਰੀ ਆ ਗਿਆ ਨਾ ਤੇ ਅੱਧੇ ਬਾਹਰ ਨਿਕਲ ਜਾਣੇ ਆ ਉੱਧਰ ਕਹਿੰਦੇ ਕਬੱਡੀ ਪੱਲੇ ਪੱਲੇ ਹੋ ਗਈ ਮੇਰੇ ਮਿੱਤਰੋਂ ਲੱਗਦਾ ਜੋਹੋਰ ਪੰਮੀ ਟਿੱਬੇ ਦਾ ਫੈਸਲਾ ਵੀ ਨੰਬਰ ਜੋਬਣ ਦੇ ਹਿੱਸੇ ਜੁੜਦਾ ਹੋਇਆ ਇੱਕ ਤਕੜੇ ਨੰਬਰ ਦਾ ਵਾਧਾ ਜਿਹੜਾ ਨੌਜਵਾਨ ਨੇ ਕਰ ਦਿੱਤਾ ਆਪਣੀ ਟੀਮ ਦੇ ਲਈ ਕਾਲਾ ਸਿੰਘ ਜੀ ਸਰਪੰਚ 77 ਬਖਸ਼ੀਸ਼ ਸਿੰਘ ਜੀ ਮਨਾਵਾਂ ਬਹੁਤ ਵੱਡਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਖਸ਼ੀਸ਼ ਸਿੰਘ ਜੀ ਮਨਾਵਾਂ ਤੇ ਕਾਲਾ ਸਿੰਘ ਜੀ ਸਰਪੰਚ 77 ਲਓ ਦੇਖਾਂਗੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰ ਉਧਰ ਕਹਿੰਦੇ ਆ ਫਤਿਆਬਾਦ ਦੇ ਕੰਮੂ ਭਲਵਾਨ ਦੀ ਕੌਡੀ ਦਾ ਵਾਰਸ ਹੈ ਲਓ ਕਹਿੰਦੇ ਨੌਜਵਾਨ ਨੇ ਕਮਾਲ ਕਰ ਦਿੱਤੀ ਇੱਕ ਤਕੜਾ ਨੰਬਰ ਜੋੜਿਆ ਆਪਣੀ ਟੀਮ ਦੇ ਲਈ ਆ ਗਿਆ ਕਹਿੰਦੇ ਚੰਨ ਦੇ ਪਿੰਡਾਂ ਦਾ ਮੁੰਡਾ ਇਹ ਅਮਨ ਕਹਿੰਦੇ ਮਸਤਗੜ ਦੀ ਧਰਤੀ ਦਾ ਜਿਹਨੇ ਵੱਧ ਕੇ ਕਬੱਡੀ ਪਾਈ ਹੈ ਉਧਰ ਕਹਿੰਦੇ ਲਾਖਣਾ ਵਾਲਾ ਵੀ ਯਾਰ ਸਾਡਾ ਆਇਆ ਹੋਇਆ ਹੈ ਗੱਲਾਂ ਚੱਲੀਆਂ ਕਹਿੰਦੇ ਮੁੰਡੇ ਲੱਖੇ ਵਰਗੇ ਵੱਡੇ ਮੱਲ ਕਬੱਡੀ ਦੇ ਲਓ ਟੱਡਾਂ ਵਾਲਾ ਰਾਣਾ ਕਹਿੰਦੇ ਅਮਨ ਦੇ ਨਾਲ ਮੁਕਾਬਲਾ ਬੱਲੇ ਬੱਲੇ ਹੋ ਜ਼ਰੂਰ ਸੱਜੇ ਖੱਬੇ ਉੱਤੇ ਥੱਲੇ ਸਵਾਦ ਕਬੱਡੀ ਦਾ ਅਮਨ ਮਸਤ ਗੜੀਆ ਇੱਕ ਤਕੜੇ ਨੰਬਰ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਰੇਡ ਕਹਿੰਦੇ ਲਾਲਪੁਰੀਆ ਮੰਨਾ ਪਾਉਣ ਦੇ ਲਈ ਵਾਧਾ ਹੋਇਆ ਮੈਨੂੰ ਲੱਗਦਾ ਵੀ ਰੇਸ਼ਮ ਬੈਠਾ ਹੋਣਾ ਅਮਰੀਕਾ ਦੇ ਵਿੱਚ ਮੱਖਣ ਸੰਧੂ ਹੋਣੀ ਅਰਸ਼ ਹੋਣੀ ਬੈਠੇ ਹੋਣੇ ਆ ਸੱਤੂ ਹੋਣੀ ਬੈਠੇ ਹੋਣਗੇ ਵੀ ਰੌਣਕਾਂ ਚ ਮਨਾਵੇਂ ਪਿੰਡ ਦੇ ਵਿੱਚ ਲੱਗੀਆਂ ਇੱਧਰ ਕਹਿੰਦੇ ਕਬੱਡੀ ਲਾਲਪੁਰੀਏ ਮੰਨੇ ਦੀ ਪੈ ਰਹੀ ਹੈ ਮੰਨਾ ਲਾਲਪੁਰੀਆ ਕਹਿੰਦੇ ਰੇਡ ਪਾਉਣ ਦੇ ਲਈ ਵਾਧਾ ਹੋਇਆ ਉਧਰ ਚਾਰ ਜਾਫੀ ਹੈ ਉਧਰ ਦੋ ਨੰਬਰ ਤੋਂ ਵੱਧ ਕੇ ਟਰਾਈ ਕੀਤੀ ਪਰ ਪੰਮੀ ਟਿੱਬੇ ਦਾ ਫੈਸਲਾ ਵੀ ਨੰਬਰ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਪਿੰਡ ਭੂਰਿਆਂ ਦਾ ਰੁਤਬਾ ਉਦੋਂ ਉੱਚਾ ਹੋ ਜਾਂਦਾ ਜਦੋਂ ਗਿੰਦਰ ਭੂਰਾ ਕਲਾਵੇ ਜੱਫਾ ਚੋਟੀ ਦਾ ਗੋਲਡੀ ਭੂਰਾ ਸੱਚ ਲਿਖਦਾ ਇਹ ਮਸਲਾ ਸਾਰਾ ਰੋਟੀ ਦਾ ਗੋਲਡੀ ਭੂਰਾ ਸੱਚ ਲਿਖਦਾ ਇਹ ਮਸਲਾ ਸਾਰਾ ਰੋਟੀ ਦਾ ਹੁਣ ਬੈਠੋ ਸਵਾਦ ਵੱਖਰਾ ਹੀ ਆਉਣਾ ਨਹੀਂ ਉਰੀਸਾ ਉਹ ਪੱਲੇ ਪੱਲੇ ਚੰਬੇ ਵਾਲੇ ਦੀ ਕਬੱਡੀ ਪੈ ਰਹੀ ਹੈ ਨਹੀਂ ਉਰੀਸਾ ਇੱਧਰ ਕਹਿੰਦੇ ਕਬੱਡੀ 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 ਓਏ ਆ ਨਾ ਬਈ ਵਧੀਆ ਗੱਲ ਨਹੀਂ ਹੈਗੀ ਹੁਣ ਪਿਛਲਿਆਂ ਨੂੰ ਵੀ ਡਿੱਕਾ ਲੱਗਦਾ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕਿਉਂਕਿ ਪਹਿਲਾਂ ਇੰਨੀਆਂ ਹੀ ਮਿੰਨਤਾਂ ਕੀਤੀਆਂ ਸੀ ਵੀ ਵਿੱਚ ਨਾ ਆਇਓ
ਉਹੀ ਗੱਲ ਹੈ ਨਾ ਵੀ ਇਹ ਪਹਿਲਾਂ ਹੁਣ ਤੁਹਾਨੂੰ ਸਾਰਾ ਤੁਹਾਨੂੰ ਮੈਚ ਦੇਖਣ ਦਾ ਸਵਾਦ ਨਹੀਂ ਆਉਣਾ, ਤੁਸੀਂ ਡਰੀ ਜਾਣਾ ਵੀ ਹੁਣ ਬਣਾ ਕੋਈ ਉੱਤੇ ਡਿੱਗ ਪਏ ਲਾਓ। ਕਹਿੰਦੇ ਕਬੱਡੀ ਲਾਖਣਾ ਵਾਲੇ ਮੁੰਡੇ ਦੀ ਪੈ ਰਹੀ ਹੈ, ਇਹ ਕਹਿੰਦੇ ਹਰਚੰਦ ਦੇ ਪਿੰਡਾਂ ਦਾ ਜਿਹਨੇ ਵੱਧ ਕੇ ਕਬੱਡੀ ਪਾਈ ਹੈ, ਜਾਫੀ ਚਾਰ ਨੇ ਭੂਰਿਆਂ ਵਾਲਿਆ ਉਹ ਤਿਆਰੀ ਫੜ ਲਓ ਲਾਖਣਾ ਵਾਲੇ ਦੀ ਰੇਡ ਤੇ। ਕਹਿੰਦੇ ਕਿੰਦਰ ਭੂਰਾ ਉਹ ਪੱਲੇ 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 ਚੱਕੇ ਜਾ ਤਾੜੀ ਕਹਿ ਕੇ ਮਰਾਈ ਤੇ ਕੀ ਮਰਾਈ, ਸਵਾਦ ਆ ਰਿਹਾ ਸਵਾਦ ਆ ਰਿਹਾ ਨਹੀਂ ਉਹ ਰੀਸਾ। ਦੁਬਲੀ ਵਾਲੇ ਦੀ ਕਬੱਡੀ ਪੈ ਰਹੀ ਹੈ ਗੁਰਦਿੱਤਿਆ, ਉਹ ਜੇ 19-21 ਹੋ ਗਈ ਤੇ ਫਤਿਆਬਾਦ ਆਉਣ ਤੇ ਨਹੀਂ ਆਉਣਾ, ਫਤਿਆਬਾਦ ਆਉਣ ਤੇ ਨਹੀਂ ਆਉਣਾ, ਲਓ ਕੁਝ ਕਰਨਾ ਪੈਣਾ। ਇੱਧਰ ਕਹਿੰਦੇ ਕਾਕਾ ਟੋਟੀਆਂ ਵਾਲਾ ਪੱਲੇ 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 ਵੱਖਰਾ ਸਵਾਦ, ਕਬੱਡੀ 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 ਓਏ ਮੱਥੇ ਤੇ ਹੱਥ ਮਾਰਿਆ ਜਦੋਂ ਸਰਸੇ ਵਾਲਾ ਟੰਗਿਆ ਤੇ ਹਨੀਪ੍ਰੀਤ ਨੇ ਆਏ ਮਾਰਿਆ ਸੀਗਾ ਵੀ ਬਣਕੀ ਗਿਆ ਨਹੀਂ ਉਹ ਰੀਸਾਂ ਗੱਲਾਂ ਹੋਣਗੀਆਂ। ਇੱਧਰ ਕਹਿੰਦੇ ਕਬੱਡੀ ਪੈਰੀ ਜਾਫੀ ਚਾਰ ਨੇ ਜਾ ਮਹਾਰਾਜ ਵਾਲੇ ਰੇਸ਼ਮ ਦੀ ਮਾਸੀ ਦਾ ਮੁੰਡਾ ਕਹਿੰਦਾ ਸੀ ਆਉਣਾ ਪੈਣਾ, ਜਿਵੇਂ ਕਹਿੰਦੇ ਵੀ ਸੱਦੀ ਹੋਈ ਮਿੱਤਰਾਂ ਦੀ ਮੈਂ ਤਾਂ ਪੈਰ ਜੁੱਤੀ ਨਾ ਪਾਵਾਂ। ਇੱਧਰ ਕਹਿੰਦੇ ਕਬੱਡੀ 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 ਆਓ ਉੱਠ ਨਹੀਂ ਉਹ ਰੀਸਾਂ ਓਏ ਕੌਣ ਆ ਗਿਆ ਓਏ ਕੌਣ ਆ ਗਿਆ ਸੁਖਮਨ ਆ ਗਿਆ ਸੁਖਮਨ ਆ ਗਿਆ ਸੁਖਮਨ ਆ ਗਿਆ ਲਓ ਕਹਿੰਦੇ ਸੁਖਮਨ ਦੀ ਕਬੱਡੀ ਪੈ ਰਹੀ ਹੈ। ਉਧਰ ਕਹਿੰਦੇ ਚਾਰ ਜਾਫੀ ਨੇ ਚੋਲਾ ਸਾਹਿਬ ਦੀ ਧਰਤੀ ਦਾ ਸੁਖਮਨ ਕਹਿੰਦੇ ਕਬੱਡੀ ਦਾ ਜਹਾਜ਼ ਕਬੱਡੀ ਪਾ ਰਿਹਾ, ਲਓ ਸਾਹਮਣੇ ਦੇਖਾਂਗੇ ਸੁਖਮਨ ਤੇ ਦੂਜੇ ਪਾਸੇ ਕੌਣ ਆ ਗਿਆ। ਕਹਿੰਦੇ ਸੁਖਮਨ ਆ ਗਿਆ, ਜਿਵੇਂ ਬਦਲਾ ਜੱਟੀ ਦਾ ਫਿਲਮ 'ਚ ਯੋਗਰਾਜ ਕਹਿੰਦਾ ਹੁੰਦਾ ਕੌਣ ਆ ਗਿਆ, ਲੱਗਦਾ ਗੁਲਾਬੋ ਆਈ ਹੈ, ਅੱਜ ਕਹਿੰਦੇ ਲੱਗਦਾ ਸੁਖਮਨ ਆਇਆ ਹੈ ਸੁਖਮਨ ਆਇਆ ਹੈ। ਲਓ ਅਗਲੀ ਰੇਡ ਦੇਖਾਂਗੇ ਵੀ ਕੌਣ ਮੰਗਾ ਡੁਬਈ, ਸਾਡਾ ਵੀਰ ਸੁਖਮਨ ਦੇ ਲਈ ਵੱਡੇ ਬਾਣ ਪੁੱਜਦੇ ਕਰਦਾ, ਬਾਈ ਤੂੰ ਆਪ ਹੀ ਫੜਾ ਦੇ ਜਦੋਂ ਨੂੰ ਮੈਂ ਜਾਣਾ ਉਦੋਂ ਨੂੰ ਮੈਚ ਮੁੱਕ ਜਾਣਾ। ਮੰਗਾ ਡੁਬਈ ਸਾਡਾ ਵੀਰ ਉਹ ਕਹਿੰਦਾ ਤੈਨੂੰ ਦੇ ਕੇ ਗਿਆ, ਚੱਲ ਕੋਈ ਗੱਲ ਨਹੀਂ ਬਾਅਦ ਦੇ ਵਿੱਚ ਗੱਲਾਂ ਹੋ ਜਾਣਗੀਆਂ। ਮੰਗਾ ਡੁਬਈ ਸਾਡਾ ਵੀਰ ਹੈ ਵੱਡੇ ਮਾਣ। ਲਓ ਕਹਿੰਦੇ ਰੇਡ ਪੈ ਰਹੀ ਆ ਖੇਡ ਦੇ ਮੈਦਾਨ ਦੇ ਵਿੱਚ, ਆ ਕਹਿੰਦੇ ਮਾਝੇ ਦਾ ਦੁੱਲਾ ਹੈ ਸ਼ੀਦਾਂ ਵਾਲਾ ਦੁੱਲਾ, ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਹੀਂ ਉਹ ਰੀਸਾਂ। ਗੁਰਦਿੱਤ 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 ਤੇ ਦੁੱਲਾ 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 ਆਇਓ ਮੇਰਾ ਰੱਬਾ ਓਏ ਉਧਰ ਕਹਿੰਦੇ ਵੱਡਾ ਮਾਣ ਸਵਰਗਵਾਸੀ ਸਰਦਾਰ ਬਹਾਲ ਸਿੰਘ ਜੀ ਮਨਾਵੇ ਵਾਲੇ ਸਰਦਾਰ ਬਹਾਲ ਸਿੰਘ ਜੀ ਵੱਡਾ ਮਾਣ ਪੁੱਜਦਾ ਕਰਦੇ ਆ। ਉਧਰ ਕੁਲਵੀਰ ਸਾਡਾ ਵੀਰ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਦਲਵੀਰ ਸਿੰਘ ਭਾਈਕਾ ਮਨਾਵਾਂ, ਕੁਲਵੀਰ ਸਾਡਾ ਵੀਰ ਸਰਪੰਚ ਸਾਹਿਬ ਦੀ ਯਾਦ ਦੇ ਵਿੱਚ ਵੱਡੇ ਮਾਣ। ਉਧਰ ਕਹਿੰਦੇ ਕਬੱਡੀ ਪੈ ਰਹੀ ਆ ਖੇਡ ਦੇ ਮੈਦਾਨ ਦੇ ਵਿੱਚ, ਲਓ ਕਹਿੰਦੇ ਚਾਰ ਨੇ ਤੇ ਚਾਰੇ ਪੱਟਾਂ ਦੇ ਥਾਪੀਆਂ ਮਾਰਦੇ ਆ। ਫਤਿਹਾਬਾਦ ਵਾਲੇ ਕਹਿੰਦੇ ਕੰਮੂ ਭਲਵਾਨ ਦੇ ਬੇਟੇ ਦੀ ਰੇ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਬਈ ਵਾਹ ਨਹੀਂ ਉਹ ਰੀਸਾ। ਲਓ ਕਹਿੰਦੇ ਮੁੰਡਿਆਂ ਨੇ ਜ਼ੋਰ ਲਾਇਆ, ਮੁੰਡਿਆਂ ਨੇ ਬਜ਼ੁਰਗਾਂ ਨਾਲ ਮਿਲ ਕੇ ਬੇਨਤੀ ਕੀਤੀ ਹੈ, ਬਾਬਾ ਲਖੀਆ ਜੀ ਦਾ ਕਹਿੰਦੇ ਮੇਲਾ ਦੇ ਦੁਨੀਆਂ ਦੂਰ ਦੁਰਾਡੇ ਪੁੱਜੀ ਹੈ। ਮਨਾਵੇ ਵਾਲੇ ਗੋਲੇ ਦੇ ਕਹਿੰਦੇ ਸ਼ੇਅਰ ਦੇ ਗੀਤ ਜਿਹੜੇ ਦੁਨੀਆ ਬਹਿ ਬਹਿ ਕੇ ਸੁਣਦੀ ਹੈ, ਉਹ ਵੀਰ ਸਾਡਾ ਵੀ ਆਇਆ ਹੋਇਆ। ਇੱਧਰ ਕਹਿੰਦੇ ਜੋਬਨ ਦੀ ਕਬੱਡੀ ਦੇ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਾਓ ਸਾਹਮਣੇ। ਉੱਧਰ ਬਲਜਿੰਦਰ ਸਿੰਘ ਜੀ ਸਰਪੰਚ ਮਨਾਵਾਂ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਬੇਟਾ ਪ੍ਰਤਾਪ ਸਿੰਘ ਜੀ ਮਨਾਵਾਂ ਵੱਡਾ ਪਿਆਰ ਭੇਜਦੇ ਆ। ਲਾਓ ਕਹਿੰਦੇ ਇਸ ਵੇਲੇ ਮੰਨੇ ਦੀ ਰੇਡ ਪੈ ਰਹੀ ਹੈ, ਮੰਨਾ ਕਹਿੰਦੇ ਕਬੱਡੀ ਪਾ ਰਿਹਾ ਵੇ ਜਾਫੀ ਚਾਰ ਨੇ ਗੋਪੀ ਆ ਨੌਜਵਾਨ। ਮੇਰੀ ਬੇਨਤੀ ਹੈ ਵੀ ਜੰਗਲਾ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਰੱਖਿਓ। ਲਾਓ ਕਹਿੰਦੇ ਮੰਨੇ ਦੀ ਰੇਡ ਤੇ ਨੰਬਰ ਲਾਲਪੁਰੀਏ ਦੇ ਹਿੱਸੇ ਜੁੜਦਾ ਹੋਇਆ ਵਾਹ ਗਿਬਰੂ ਹੈ ਨਹੀਂ ਉਹ ਰੀਸ ਹੈ। ਅਗਲੀ ਕਬੱਡੀ ਕਹਿੰਦੇ ਅਮਨ ਆ ਗਿਆ, ਕਹਿੰਦੇ ਮਸਤਗੜ ਦੀ ਧਰਤੀ ਦਾ
ਨੌਜਵਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡਦੇ ਮੈਦਾਨ ਦੇ ਵਿੱਚ ਜਾਫੀ ਚਾਰ ਨੇ ਗੁਰਦਿੱਤਿਆ ਦੁਨੀਆ ਕਹਿੰਦੀ ਗੁਰਦਿੱਤੇ ਨੇ ਬੱਲੇ ਬੱਲੇ ਕਰਾਈ ਹੈ ਦੁਨੀਆ ਕਹਿੰਦੀ ਗੁਰਦਿੱਤੇ ਨੇ ਬੱਲੇ ਬੱਲੇ ਕਰਾਈ ਹੈ ਇੱਧਰ ਕਹਿੰਦੇ ਅਮਨ ਦੀ ਕਬੱਡੀ ਪੈ ਰਹੀ ਹੈ ਦੇਖੋ ਲੱਗਦਾ ਜ਼ੋਰ ਕੱਲੀ ਕੱਲੀ ਕਬੱਡੀ ਮੇਰੇ ਮਿੱਤਰੋ ਗੁਰਦਿੱਤਾ ਬਈ ਅਮਨ ਬੱਲੇ 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 ਗੁਰਦਿੱਤਾ ਤੇ ਅਮਨ ਅਮਨ ਤੇ ਗੁਰਦਿੱਤਾ ਗੁਰਦਿੱਤੇ ਤੋਂ ਕਹਿੰਦੇ ਅਮਨ ਭੱਜ ਗਿਆ ਗੁਰਦਿੱਤੇ ਤੋਂ ਅਮਨ ਭੱਜ ਗਿਆ ਚੱਲੋ ਨੌਜਵਾਨਾ ਪਾਓ ਇਹ ਕਬੱਡੀ ਲਾਓ ਕਹਿੰਦੇ ਕਿਤੇ ਕੰਗ ਕੱਲੇ ਪਿੰਡ ਦੀ ਗੱਲ ਚੱਲੀ ਹੈ ਤੇ ਨੌਜਵਾਨ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਖੜੇ ਮਾਰਨ ਥਾਪੀਆਂ ਬਈ ਤੋਚੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁੜਨ ਨਾ ਖਾਲੀ ਉਹ ਪਹਿਲੀ ਭੱਜ ਤੁਰਿਆ ਜੀਤੇ ਮੌੜ ਨਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਕੁੰਡੀਆਂ ਦੇ ਸਿੰਘ ਫਸ ਗਏ ਆ ਪੰਜਾਬ ਲਾਈਵ ਵਨ ਤੇ ਕਹਿੰਦੇ ਗਗਰ ਹੁਣੀ ਆਏ ਆ ਬਲਜਿੰਦਰ ਸਾਡਾ ਵੀਰ ਤੇ ਘੱਲਾਂ ਵਾਲਾ ਜੱਸ ਪੂਰੀ ਦੁਨੀਆ ਦੇ ਵਿੱਚ ਦਿਖਾਵੇਗਾ ਅੱਜ ਦਾ ਕਹਿੰਦੇ ਵੱਡਾ ਮੇਲਾ ਪੰਜਾਬ ਲਾਈਵ ਵਨ ਤੇ ਕਹਿੰਦੇ ਦੁਨੀਆ ਜੁੜੀ ਹੋਈ ਹੈ ਇੱਧਰ ਕਹਿੰਦੇ ਰੇਸ਼ਮ ਦੀ ਕਬੱਡੀ ਭੈ ਰਹੀ ਹੈ ਗੁਰਦਿੱਤੇ ਵਰਗੇ ਟੋਟੀਆਂ ਵਾਲਾ ਕਾਕਾ ਤੇ ਉੱਧਰ ਕਹਿੰਦੇ ਚੰਬੇ ਵਾਲਾ ਲਾ ਲਾ ਕੇ ਸਿੱਟਦਾ ਜਿਵੇਂ ਕੱਪੜੇ ਵਾਲੇ ਥਾਣ ਸਿੱਟਦੇ ਹੁੰਦੇ ਆ ਵੀ ਪਹਿਲਾਂ ਆਹ ਦੇਖੋ ਭੈਣ ਜੀ ਨਾ ਨਾ ਪਹਿਲਾਂ ਆਹ ਦੇਖੋ ਭੈਣ ਜੀ ਅਗਲੀ ਰੇਡ ਕਹਿੰਦੇ ਢੋਲੀ ਢਿੱਲੋ ਆ ਝਬਾਲ ਦੀ ਧਰਤੀ ਦਾ ਲਓ ਝਬਾਲ ਵਾਲਾ ਕਹਿੰਦੇ ਢੋਲੀ ਰੇਡ ਪਾ ਰਿਹਾ ਜਲਾਲਪੁਰੀਆ ਹਰਮਨ ਤਿਆਰ ਹੈ ਗੋਪੀ ਵਰਗੇ ਭੂਰਿਆਂ ਦਾ ਗਿੰਦਰ ਲਾਓ ਕਹਿੰਦੇ ਬੱਲੇ 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 ਹੋ ਗਈ ਮੇਰੇ ਮਿੱਤਰੋ ਲਓ ਗੋਪੀ ਤੇ ਢੋਲੀ ਢੋਲੀ ਤੇ ਗੋਪੀ ਉਹ ਇੱਕੋ ਇਲਾਕਾ ਓਏ ਬੱਲੇ ਓਏ ਬੱਲੇ ਓਏ ਵੱਖਰਾ ਸੁਭਾ ਨੰਬਰ ਲੈ ਗਿਆ ਪਰ ਕਹਿੰਦੇ ਰੈਡੀਏਟਰ ਚੋਂ ਬਾਬਾ ਜੀ ਬੁਲਬਲੇ ਫੁੱਲਣ ਲਾ ਦੇ ਮੁੰਡੇ ਨੇ ਬਈ ਵਾਹ ਮਾਂ ਪੁਰਸ਼ ਖੁਸ਼ ਹੈ ਤੇ ਰੱਬ ਖੁਸ਼ ਹੈ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਸ਼ਾਂ ਦੀ ਜਦੋਂ ਗੱਲ ਮੈਂ ਟਰਾਂਟੋ ਕੀਤੀ ਨੇ ਤੇ ਸੰਗਤ ਨੇ ਪੁੱਛਿਆ ਵੀ ਮਹਾਂਪੁਰਸ਼ਾਂ ਦਾ ਆਪਾਂ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਹੀਰੇ ਪੈਦਾ ਕੀਤੇ ਹੈ ਲਓ ਭੀਮ ਇਸ ਵੇਲੇ ਕਿਰਪਾ ਕਰਕੇ ਜਿਹੜੇ ਵੀਰ ਗਰਾਊਂਡ 'ਚ ਨਿਖੜ ਕੇ ਨਿਖੜ ਕੇ ਨਿਖੜ ਕੇ ਖੜ ਜਾਈਏ ਨਿਖੜ ਕੇ ਖੜ ਜਾਈਏ ਲਓ ਸਾਹਮਣੇ ਕਹਿੰਦੇ ਫਤਿਹਾਬਾਦ ਵਾਲਾ ਆ ਗਿਆ ਲਓ ਫਤਿਹਾਬਾਦ ਵਾਲੇ ਮੁੰਡੇ ਦੀ ਕਹਿੰਦੇ ਉਸ ਵੇਲੇ ਕਬੱਡੀ ਪੈ ਰਹੀ ਹੈ ਅਜੇ ਕਬੱਡੀ ਪਾ ਰਿਹਾ ਹੈ ਇਹਦੇ ਬਾਪ ਨੂੰ ਦੁਨੀਆ ਹਥੌੜਾ ਕਹਿੰਦੀ ਹੈ ਲਓ ਕਹਿੰਦੇ ਅਜੇ ਦੀ ਉਸ ਵੇਲੇ ਜਿਹੜੀ ਉਹ ਰੇਡ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਹਰਮਨ ਗਿੰਦਰ ਕਹਿੰਦੇ ਭੂਰਿਆਂ ਵਾਲਾ ਹੈ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਤੇ ਦੂਜੇ ਪਾਸੇ ਕਹਿੰਦੇ ਅਜੇ ਦੀ ਰੇਡ ਆ ਕਹਿੰਦੇ ਜਲਾਲਪੁਰੀਆ ਹਰਮਨ ਮੇਰੇ ਮਿੱਤਰੋ ਲਓ ਬੱਲੇ 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 ਹਾਇਓ ਮੇਰੇ ਰੱਬ ਕੀ ਹੋ ਗਿਆ ਬਸ ਥੋੜਾ ਜਿਹਾ ਹੋ ਗਿਆ ਤੂੰ ਲੇਟ ਮੁੰਡਿਆ ਵੀ ਗੱਡੀ ਹੁਣੇ ਹੀ ਤੁਰੀ ਹੈ ਲਾਓ ਕਹਿੰਦੇ ਕਬੱਡੀ ਦਾ ਜਹਾਜ਼ ਕਬੱਡੀ ਦਾ ਜਹਾਜ਼ ਆ ਗਿਆ ਜਹਾਜ਼ ਕਬੱਡੀ ਪਾ ਰਿਹਾ ਉਧਰ ਸੁਭਰਾਵਾਂ ਵਾਲਾ ਸੱਤਾ ਰੈਡ ਡੀਅਰ ਦੇ ਵਿੱਚ ਰਹਿੰਦਾ ਹੈ ਤੇ ਰੈਡ ਡੀਅਰ ਕਹਿੰਦੇ ਐਡਮਿੰਟਨ ਦੇ ਕੈਲਗਰੀ ਦੇ ਸੰਨ ਵਿਚਾਲੇ ਸ਼ਹਿਰ ਹੈ ਉੱਥੇ ਬੈਠਾ ਮੈਚਾਂ ਦਾ ਆਨੰਦ ਮਾਣਦਾ ਹੋਣਾ ਇੱਧਰ ਕਹਿੰਦੇ ਸੁਖਮਣ ਆਇਆ ਸੁਖਮਣ ਤੇ ਗਿਆ ਸੁਖਮਣ ਬਈ ਵਾਹ ਦੁਨੀਆ ਨੇ ਦੁਆਵਾਂ ਕੀਤੀਆਂ ਐਵੇਂ ਨਹੀਂ ਕਹਿੰਦੇ ਗੱਲਾਂ ਹੋਈਆਂ ਮੇਰੇ ਮਿੱਤਰੋ ਅਗਲੀ ਰੇ ਕਹਿੰਦੇ ਮੰਨਾ ਆ ਗਿਆ ਮੰਨਾ ਲਾਲਪੁਰੀਆ ਕਹਿੰਦੇ ਕਬੱਡੀ ਪਾ ਰਿਹਾ ਇੱਧਰ ਕਹਿੰਦੇ ਮੰਨੇ ਦੀ ਰੇਡ ਤੇ ਚਾਰ ਜਾਫੀ ਹੈ ਕਰਮਜੀਤ ਵਰਗੇ ਹੈਪੀ ਹੈ ਚੋਲਾ ਸਾਹਿਬ ਦਾ ਲਓ ਮੇਜਾ ਸਿੰਘ ਜੀ ਭਲਵਾਨ ਪੁਰਾਣਾ ਖਿਡਾਰੀ ਹੈ ਬਾਬਾ ਜੀ ਕਹਿੰਦੇ ਧੰਨਵਾਦ ਹੈ ਮੇਜਾ ਸਿੰਘ ਜੀ ਭਲਵਾਨ ਉਹਨਾਂ ਨੇ 50 ਰੁਪਏ ਦੇ ਵੱਡੇ ਮਾਣ ਭੇਜੇ ਆ ਬਹੁਤ ਵੱਡਾ ਧੰਨਵਾਦ ਲਓ ਜੋਬਨ ਦੀ ਕਹਿੰਦੇ ਕਬੱਡੀ ਆ ਗਈ ਹੈ ਜੋਬਨ ਦੀ ਕਬੱਡੀ ਹੈ ਕੈਪਟਨ ਸਾਹਿਬ ਵੀ ਆਏ ਹੋਏ ਆ ਸਰਦਾਰ ਜੰਗੀਰ ਸਿੰਘ ਉਹਨਾਂ ਦਾ ਨਾਂ ਵੱਡਾ ਹੈ ਗੱਲਾਂ ਹੁੰਦੀਆਂ ਉੱਧਰ ਕਹਿੰਦੇ ਲਖਵੀਰ ਸਿੰਘ ਜੀ ਬੈਠੇ ਆ ਰਘਵੀਰ ਸਿੰਘ ਓੜੀ ਲਓ ਦੇਖੋ ਸਾਹਮਣੇ ਕਹਿੰਦੇ ਜੋਬਨ ਦੀ ਰੇਡ ਬੱਲੇ 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 ਚੱਕੇ ਜਾਮ ਕਬੱਡੀ 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 ਸਾਰੇ ਰਾਹ ਬੰਦ ਕਰਤੇ ਵੀ ਭੱਜ 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 ਬੱਲੇ 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 ਆ ਬਈ ਵਾਹ ਪੋਲਾ ਜਾਂ ਟਿੱਕਾ ਲਾਇਆ ਜਿਵੇਂ ਮਾਂ ਨਿੱਕੇ ਜੇ ਬੱਚੇ ਨੂੰ ਨਵਾ ਕੇ ਨਜ਼ਰ ਤੋਂ ਲਾ ਦਿੰਦੀ ਹੈ ਨਾ ਮੰਨਣਾ ਪੈਣਾ ਬਈ ਮੰਨਣਾ ਪੈਣਾ ਮੰਨਣਾ ਪੈਣਾ ਕੀ ਮੰਨਣਾ ਪੈਣਾ ਲਓ ਕਹਿੰਦੇ ਅਗਲੀ ਰੇਡ ਫਿਰ ਪੈਣ ਲੱਗੀ ਹੈ ਅਗਲੀ ਕਬੱਡੀ ਫਿਰ ਕਹਿੰਦੇ ਨੌਜਵਾਨ ਸਰਦਾਰ ਹੈ ਕਬੱਡੀ ਦਾ ਜਿਹਨੇ ਵੱਧ ਕੇ ਕਬੱਡੀ ਪਾਈ ਹੈ ਕਿ ਮੁੜਕੋ ਮੁੜਕੀ ਹੋ ਗਿਆ ਕਹਿੰਦੇ ਜ਼ੋਰ ਚੋਪਰਾਂ ਦਾ
ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਪਰਾਂ ਦਾ। ਇਧਰ ਕਹਿੰਦੇ ਸ਼ੀਟਾਂ ਵਾਲਾ ਕਰਮਜੀਤ ਦੂਜੇ ਪਾਸੇ ਉਹ ਪੱਲੇ 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 ਉੱਡ ਜਾ ਮੋਰਨੀਏ ਤੇਰੇ ਮਗਰ ਬੰਦੂਕਾਂ ਵਾਲੇ। ਪਰ ਅੱਜ ਕੌਡੀ ਭਾਰੀ ਹੈ ਕਿ ਉੱਡ ਜਾ ਮੋਰਨੀਏ ਤੇਰੇ ਮਗਰ ਥੱਪੜਿਆਂ ਵਾਲੇ। ਲਾਓ ਕਹਿੰਦੇ ਅਮਨ ਆ ਗਿਆ, ਉਧਰ ਕਹਿੰਦੇ ਅਮਨ ਦੀ ਕਬੱਡੀ ਹੈ ਮਸਤ ਗੜੀਆ ਰੇਡ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਉਧਰ ਸੁਰ ਸਿੰਘੀਏ ਮਾਲੇ ਦਾ ਕਹਿੰਦੇ ਜਾਲ ਲੱਗਿਆ, ਗਰਾਊਂਡ ਕਹਿੰਦੇ ਸੱਜ ਵਿਆਹੀ ਮੁਟਿਆਰ ਤਰ੍ਹਾਂ ਸ਼ਿੰਗਾਰੀ ਹੋਈ ਹੈ। ਇਧਰ ਕਹਿੰਦੇ ਕਬੱਡੀ ਅਮਨ ਦੀ ਹੈ ਗੁਰਦਿੱਤਿਆ ਗੁਰਦਿੱਤਿਆ ਤਿਆਰੀ ਫੜੋ ਤਿਆਰੀ ਫੜੋ ਗੁਰਦਿੱਤਿਆ। ਲਓ ਬੱਲੇ ਬੱਲੇ ਗੁਰਦਿੱਤਾ ਪੇ ਕਹਿੰਦੇ ਅਮਨ ਅਮਨ ਪੇ ਗੁਰਦਿੱਤਾ ਬੱਲੇ 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 ਗੁਰਦਿੱਤਿਆ ਓਏ ਕੁਝ ਕਰਨਾ ਪੈਣਾ, ਨਹੀਂ ਲੋਕਾਂ ਨੇ ਘੱਟ ਘੱਟ ਕੇ ਫੇਸਬੁੱਕ ਤੇ ਪਾ ਦੇਣਾ ਵੀ ਗੁਰਦਿੱਤੇ ਨੇ ਫਲੀ ਨੀ ਭੰਨੀ, ਗੁਰਦਿੱਤੇ ਨੇ ਕੀਤਾ ਹੀ ਕੁਝ ਨਹੀਂ, ਕੁਝ ਕਰਨਾ ਪੈਣਾ ਕੁਝ ਕਰਨਾ ਪੈਣਾ। ਲਾਓ ਸਾਹਮਣੇ ਕਹਿੰਦੇ ਧੋਲੀ ਦੀ ਕਬੱਡੀ ਪੈ ਰਹੀ ਹੈ, ਧੋਲੀ ਝਬਾਲ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਨਹੀਂ ਰੀਸਾ ਜਾਫੀ ਚਾਰ ਨੇ। ਇੱਧਰ ਕਹਿੰਦੇ ਤੇਜਾ ਸਿੰਘ ਵਾਲਾ ਪਿੰਡ ਹੈ ਢੋਲੀ ਢੱਲੋ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਜ਼ੋਰ ਲੱਗ ਰਿਹਾ। ਉੱਠ 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 ਨੌਜਵਾਨ। ਰੇਸ਼ਮ ਕਹਿੰਦੇ ਆ ਗਿਆ ਚੰਬੇ ਦੀ ਧਰਤੀ ਆ ਚੰਬਾ ਘੜਕਾ ਚੋਲਾ ਸਾਹਿਬ ਮਸ਼ਹੂਰ ਜੇ ਪਿੰਡ ਦੇ ਕਿਤੇ ਰਾਲ ਚਾਲ ਪਿੰਡ ਦੀ ਗੱਲ ਚੱਲਦੀ ਹੈ। ਬਹੁਤ ਵੱਡਾ ਧੰਨਵਾਦ ਹੈ ਮੇਰੇ ਭਰਾ ਦਾ। ਲਓ ਦੇਖੋ ਸਾਹਮਣੇ ਰੇਸ਼ਮ ਚੰਬੇ ਵਾਲਾ, ਰੇਸ਼ਮ ਚੰਬੇ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਗਰਾਊਂਡ ਦੇ ਵਿੱਚ। ਇੱਧਰ ਕਹਿੰਦੇ ਰਾਣਾ ਢੰਡਾ ਵਾਲਾ ਪਹਿਲਾਂ ਪਹਿਲਵਾਨੀ ਕਰਦਾ ਰਿਹਾ, ਕਹਿੰਦੇ ਜ਼ੋਰ ਲੱਗੂ ਜ਼ੋਰ ਲੱਗੂ। ਉਹ ਬਾਈਏ ਸਵਾਦ ਆ ਰਿਹਾ ਮੜਾ ਜਾ ਰੋਲਾ ਰੱਪਾ ਜਾ ਪਾਵੇ। ਗੱਲਾਂ ਹੋਣਗੀਆਂ ਗੱਲਾਂ ਹੋਣਗੀਆਂ। ਲਓ ਅਜੇ ਕਹਿੰਦੇ ਕਬੱਡੀ ਪਾ ਰਿਹਾ, ਅਜੇ ਆ ਕਹਿੰਦੇ ਨੌਜਵਾਨ ਫਤਿਹਾਬਾਦ ਦੀ ਧਰਤੀ ਕਹਿੰਦੇ ਕਰਮਾਂ ਵਾਲੀ ਧਰਤੀ ਹੈ। ਲਓ ਦੇਖਾਂਗੇ ਸਾਹਮਣੇ ਚਾਰ ਜਾਫੀ ਕਿ ਮੁੜਕੋ ਮੁੜਕੀ ਹੋ ਗਿਆ, ਕਹਿੰਦੇ ਜ਼ੋਰ ਚੋਪਰਾਂ ਦਾ ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਪਰਾਂ ਦਾ, ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋ ਡਰਕੇ ਨਹੀਂ ਭੱਜਦੇ, ਰਾਜੇ ਖੇਲੇ ਮਰਦ ਮੈਦਾਨੋ ਡਰਕੇ ਨਹੀਂ ਭੱਜਦੇ। ਲਓ ਭੀਮ ਆ ਗਿਆ, ਭੀਮ ਕਹਿੰਦੇ ਦੁਬਲੀ ਵਾਲਾ ਜਿਹੜਾ ਕਹਿੰਦੇ ਟਰਾਂਟੋ ਦੇ ਵਿੱਚ ਬਹੁਤ ਤਕੜਾ ਖੇਡਿਆ, ਜਿਹਨੇ ਬੀਸੀ ਦੀਆਂ ਗਰਾਊਂਡਾਂ ਦੇ ਬੱਲੇ ਬੱਲੇ ਕਰਾਈ ਹੈ, ਇਹ ਹੈ ਦੁਬਲੀ ਵਾਲਾ। ਭੀਮ ਦੇ ਦੂਜੇ ਪਾਸੇ ਵੱਖਰਾ ਸਵਾਦ ਕਬੱਡੀ, ਭੀਮ ਤੇ ਭੀਮ ਹੀ ਹੈ, ਭੀਮ ਤੇ ਭੀਮ ਹੀ ਹੈ। ਨਹੀਂ ਉਹ ਰੀਸਾ ਭੀਮ ਨੇ ਕਮਾਲ ਕਰ ਦਿੱਤੀ ਹੈ, ਮਹਾਂਪੁਰਸ਼ਾਂ ਨੇ ਪਤਾ ਨਹੀਂ ਕਿੱਦਾਂ ਦੀਆਂ ਖੁਰਾਕਾਂ ਦਿੱਤੀਆਂ। ਬਾਬਾ ਜੀ ਟਰਾਂਟੋ ਦੇ ਵਿੱਚ ਵੀ ਮਾਝਾ ਮਾਝਾ ਹੁੰਦੀ ਸੀ, ਟਰਾਂਟੋ ਦੇ ਵਿੱਚ ਵੀ ਮਾਝਾ ਮਾਝਾ ਹੁੰਦੀ ਸੀ, ਮੱਖਣ ਉਹਨੀ ਅਮਰੀਕਾ ਦੇ ਵਿੱਚ ਐਣ ਕਹਿੰਦੇ ਵਕਤ ਪਾਈ ਫਿਰਦੇ ਆ ਵੱਡਿਆਂ ਵੱਡਿਆਂ ਨੂੰ, ਲੋਕੀ ਪੁੱਛਦੇ ਆ ਵੀ ਕਿਹੜੀਆਂ ਖੁਰਾਕਾਂ ਸਨ, ਤੁਹਾਨੂੰ ਕਿਹਨਾਂ ਨੇ ਥਾਪੜਾ ਦਿੱਤਾ ਹੈ। ਪਰ ਜਿਹਨਾਂ ਨੂੰ ਪਤਾ ਉਹ ਮਾਣ ਨਾਲ ਦੱਸਦੇ ਆ ਵੀ ਇਹ ਮਹਾਂਪੁਰਸ਼ਾਂ ਕੋਲੇ ਬਾਬਾ ਅਵਤਾਰ ਸਿੰਘ ਜੀ ਕੋਲੇ ਰਹਿੰਦੇ ਰਹੇ ਆ ਤੇ ਨਾਮ ਚਮਕੇ ਕਿਉਂਨਾ, ਨਾਮ ਚਮਕੇ ਕਿਉਂਨਾ। ਇੱਧਰ ਕਹਿੰਦੇ ਅਗਲੀ ਕਬੱਡੀ ਦੇਖਾਂਗੇ ਵੀ ਕੌਣ ਪਾਵੇਗਾ। ਲਓ ਦੁੱਲਾ ਕਹਿੰਦੇ ਆ ਗਿਆ, ਇਹ ਕਹਿੰਦੇ ਜੋਬਣ ਦੇ ਪਿੰਡਾਂ ਦਾ ਨੌਜਵਾਨ ਹੈ, ਸ਼ਹੀਦਾਂ ਵਾਲਾ ਦੁੱਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਰਾਹ ਦੇ ਵਿੱਚ ਬੈਠੀ ਹੋਣੀ ਗੋਲੀ ਜਾਣ ਕੇ ਦੁੱਲੇ ਆਵੇ ਟੋਕਰਾ ਚਕਾਈ ਆਣ ਕੇ, ਦੁੱਲੇ ਆਵੇ ਟੋਕਰਾ ਚਕਾਈ ਆਣ ਕੇ। ਲਓ ਕਹਿੰਦੇ ਦੁੱਲੇ ਦੀ ਰੇਡ ਤੇ ਗੁਰਦਿੱਤ 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 ਗੁਰਦਿੱਤੇ ਪਿਆਰ ਨਾਲ ਇਹਦੇ ਮਾਰਿਆ ਕਰ, ਪਰ ਪੋਲੀਆਂ ਪੋਲੀਆਂ ਮਾਰਿਆ ਕਰ। ਲਓ ਦੁੱਲਾ ਹੈ, ਵਾਹ ਖਬਰੂ ਹੈ, ਨਹੀਂ ਉਹ ਰੀਸ ਹੈ। ਇੱਧਰ ਕਹਿੰਦੇ ਜਿਹੜੇ ਬਜ਼ੁਰਗ ਵਿੱਚ ਆ ਗਏ ਹੁਣ ਇਹਨਾਂ ਨੇ ਜਿੰਨਾ ਚਿਰ ਮੈਚ ਮੁੱਕਦਾ ਨਹੀਂ ਉਠ ਕੇ ਬੈਠ ਕੇ ਖੇਡੀ ਜਾਣ। ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ, ਜੰਗਲੇ ਦੇ ਮਾੜਾ ਜਿਹਾ ਕੰਟਰੋਲ ਰੱਖਿਓ। ਲਓ ਸਾਹਮਣੇ ਕਹਿੰਦੇ ਚਾਰ ਜਾਫੀ ਨੇ, ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਸਮਾਂ ਦੱਸੇਗਾ। ਕਿਸੇ ਨੇ ਵੈਸਲੀਨ ਸੀ ਉਹ ਫੜ ਲਈ ਹੈ ਕਹਿੰਦੇ, ਕੋਈ ਗੱਲ ਨਹੀਂ ਠੀਕ ਹੈ, ਨਹੀਂ ਚੰਗਾ ਲੱਗਦਾ ਇੱਦਾਂ ਦੀਆਂ ਗੱਲਾਂ। ਮੈਂ ਨਹੀਂ ਬੋਲਣਾ ਚਾਹੁੰਦਾ ਸੀ ਅੰਕਲ, ਕਹਿੰਦੇ ਬੋਲਣਾ ਹੈ, ਪਰ ਮੈਂ ਬੇਨਤੀ ਕਰਦਾ ਵੀ ਕੋਈ ਵੀ ਹੋਵੇ ਕੋਈ ਵੀ ਹੈ। ਲਓ ਅਗਲੀ ਕਬੱਡੀ ਜੋਬਣ ਆ ਗਿਆ, ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ
ਜੋਬੜ ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ ਹੈ। ਕਬੱਡੀਆਂ ਪਾਉਣੀਆਂ ਪੈਣੀਆਂ ਹਾਲੇ ਤੇ ਹਾਫ ਵੀ ਨਹੀਂ ਹੋਇਆ, ਲਓ ਜੋਬਣ ਦੀ ਰੇਡ ਤੇ ਕਹਿੰਦੇ ਕਾਕੇ ਨੇ ਟਰਾਈ ਕੀਤੀ ਹੈ। ਮੈਨੂੰ ਲੱਗਦਾ ਗਰਮੀ ਵੀ ਵੱਧ ਗਈ ਹੈ, ਮਨਾਵੇ ਪਿੰਡ ਦੇ ਵਿੱਚ ਕਹਿੰਦੇ ਰੌਣਕਾਂ ਲੱਗੀਆਂ। ਉੱਧਰ ਕਹਿੰਦੇ ਮੁੰਡਾ ਫਿਰੋਜ਼ਪੁਰੀਆ ਵੀ ਕਹਿੰਦੇ XUV ਤੇ ਆਇਆ, ਕਹਿੰਦਾ ਮੇਰੇ ਨਾਨਕਿਆਂ ਦਾ ਪਿੰਡ ਹੈ ਜਿੱਥੇ ਅੱਜ ਰੌਣਕਾਂ ਲੱਗੀਆਂ। ਕੋਈ ਕਹਿੰਦੇ ਟਰੱਕਾਂ ਤੋਂ, ਕੋਈ ਬੱਸਾਂ ਤੇ, ਕੋਈ ਟਰੈਕਟਰਾਂ ਤੇ, ਕੋਈ ਵੱਡੀਆਂ ਗੱਡੀਆਂ ਤੇ ਚੜ ਚੜ ਆਏ ਹੈ। ਫਿਰੋਜ਼ਪੁਰੀਆ ਕਹਿੰਦਾ ਜਾਮਾ ਰਾਏ ਵਾਲੇ ਰੇਸ਼ਮ ਦੀ ਮਾਸੀ ਦੇ ਘਰੇ ਬੈਠਾ, ਕਹਿੰਦਾ ਮੈਂ ਫਿਰੋਜ਼ਪੁਰ ਤੋਂ ਆਇਆ ਹੈ, ਮੇਰਾ ਵੀਰ ਹੈ। ਇੱਧਰ ਕਹਿੰਦੇ ਕਰਮਜੀਤ ਹੈ ਦੂਜੇ ਪਾਸੇ, ਢੋਲੀ ਢਿੱਲੋ ਝਬਾਲ ਵਾਲਾ ਇੱਕ ਤਕੜੇ ਨੰਬਰ ਦਾ ਵਾਧਾ ਕਰ ਗਿਆ। ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਹਾਫ ਸਮਾਂ ਹੋ ਗਿਆ, ਨੰਬਰਾਂ ਵਾਲਾ ਵੀਰ ਦੱਸੂ ਵੀ ਕਿਹਦੇ ਕਿੰਨੇ ਨੰਬਰ ਹੈ। ਫਤਿਹ ਬਾਬੇ ਨੰਬਰ ਨੇ 16 ਤੇ ਘਰਿਆਲੇ ਦੇ ਨੰਬਰ। ਸਾਰੇ ਚੁੱਪ ਹੋ ਗਏ, ਜਿਵੇਂ ਕਿਸੇ ਨੇ ਕਿਹਾ ਤਾ ਵੀ ਸਰਸੇ ਵਾਲਾ ਦਾ ਛੱਡਤਾ। ਫਤਿਹ ਬਾਬੇ 16 ਤੇ ਘਰਿਆਲੇ ਦੇ 22, 16 ਤੇ 22। ਜਿਹੜੇ ਵੀਰ ਵਿੱਚ ਬੈਠੇ ਰੈਫਰੀ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਵੀ ਲਾਈਨ ਕਿੱਥੇ ਗਿਆ। ਕਿਰਪਾ ਕਰਕੇ ਇੱਕ ਨਾ ਤੁਸੀਂ ਧਿਆਨ ਮਾਰਿਓ, ਸੰਤ ਬਾਬਾ ਅਵਤਾਰ ਸਿੰਘ ਜੀ ਉਹਨਾਂ ਦਾ ਆਸਣਾ ਗਰਾਊਂਡ 'ਚ ਬੈਠੇ ਮਹਾਂਪੁਰਸ਼ ਤੇ ਦੇਖੋ ਕਿੱਥੇ ਬੈਠੇ ਆ ਮਹਾਂਪੁਰਸ਼। ਆਪਣਾ ਫਰਜ਼ ਬਣਦਾ ਵੀ ਆਪਾਂ ਵੱਡਿਆਂ ਤੋਂ ਦੇਖ ਕੇ ਕੁਝ ਸਿੱਖ ਲਈਏ, ਕਿਉਂਕਿ ਮਹਾਂਪੁਰਸ਼ ਮੂਹਰੇ ਵਿੱਚ ਵੀ ਬਹਿ ਸਕਦੇ ਸੀਗੇ। ਉਹ ਆਪ ਕਬੱਡੀ ਨੂੰ ਪਿਆਰ ਕਰਦੇ ਆ। ਬਾਈ ਜਗਾੜ ਲਾ ਗਿਆ, ਇੱਕ ਵੀਰ ਦੀ ਕਿੱਟ ਤੇ ਕਿੱਟ ਦੇ ਵਿੱਚ ਮੋਬਾਈਲ ਸੀ, ਇੱਕ ਅੰਕਲ ਜੀ ਉੱਤੇ ਬਹਿ ਗਏ ਉਹਦੇ। ਬਈ ਵਾਹ, ਕਿੱਟ ਤੇ ਹੀ ਬਹਿ ਗਏ, ਦੇਖ ਲਾ। ਕੋਈ ਗੱਲ ਉਧਰ ਹੁਣ ਕਹਿੰਦੇ ਮਾਲੇ ਨੇ ਬੋਰਡ ਚੇਂਜ ਕਰਤੇ ਹੈ, ਨਹੀਂ ਵੀ ਮਾਲੇ ਇੱਕ ਵੱਖਰੀ ਕਾਢ ਹੈ। ਹੁਣ ਘਰਿਆਲਾ ਉਧਰ ਹੋ ਗਈ ਤੇ ਬੋਰਡ ਉਧਰ ਆ ਗਿਆ। ਇੱਕ ਨਿੱਕਾ ਜਿਹਾ ਬੱਚਾ ਦੌੜ ਲਾਉਣੀ ਹੈ, ਤੂੰ ਮੈਚ ਦੇਖ, ਤੂੰ ਦੌੜਾਂ ਤੂੰ ਕੀ ਲੈਣਾ। ਲਓ ਦੇਖੋ ਸਾਹਮਣੇ ਫਤਿਹਾਬਾਦ ਵਾਲਾ ਇਸ ਵੇਲੇ ਰੇਡ ਪਾ ਰਿਹਾ, ਕਹਿੰਦੇ ਨੌਜਵਾਨ ਕੌਣ ਇੱਧਰ, ਕਹਿੰਦੇ ਬੱਲੇ 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 ਸਾਰੇ ਰਾਹ ਬੰਦ ਕਰਤੇ ਵੀ ਭੱਜ 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 ਭੱਜ। ਮਾਸੀ ਦਿਆ ਪੁੱਤਾ ਕਿੱਧਰ ਦੀ ਭੱਜਦਾ, ਇਹ ਭੂਰਿਆਂ ਵਾਲਾ ਹੈ। ਗਿੰਦਰ ਨੂੰ ਪਤਾ ਵੀ ਗਿੰਦਰ ਦੇ ਚਾਚੇ ਤਾਏ ਆਏ ਹੈ ਤੇ ਉਹ ਵੀ ਆਏ ਹੈ ਜਿਨ੍ਹਾਂ ਦਾ ਗਿੰਦਰ ਚਾਚਾ ਤਾਇਆ ਲੱਗਦਾ। ਐਨ ਕਹਿੰਦੇ ਜਿਹੜੇ ਪਿਆਰ ਕਬੱਡੀ ਨੂੰ ਕਰਦੇ ਸਾਰੇ ਹੀ ਆਏ ਹੈ। ਲਓ ਗੱਲਾਂ ਹੋਣਗੀਆਂ ਮੇਰੇ ਮਿੱਤਰੋ। ਉੱਧਰ ਕਹਿੰਦੇ ਅਗਲੀ ਰੇਡ, ਕਹਿੰਦੇ ਰੇਸ਼ਮ ਹੈ ਚੰਬੇ ਦੀ ਧਰਤੀ ਆ ਮੇਰੇ ਮਿੱਤਰੋ, ਕਿਵੇਂ ਘੜਕੇ ਲਈ ਖੇਡਿਆ ਲੰਮਾ ਸਮਾਂ। ਫਿਰ ਕਹਿੰਦੇ ਮਹਾਂਪੁਰਸ਼ਾਂ ਕੋਲੇ ਘਰਿਆਲੇ ਆ ਗਿਆ, ਮਿਹਨਤ ਕੀਤੀ ਰੱਜ ਕੇ ਖੁਰਾਕ ਖਾਧੀ ਤੇ ਦੁਨੀਆ ਨੂੰ ਦੱਸਿਆ ਇਹ ਆ ਰੇਸ਼ਮ ਕਹਿੰਦੇ ਨੌਜਵਾਨ ਜਿਹਨੇ ਵੱਧ ਕੇ ਕਬੱਡੀ ਪਾਈ ਹੈ। ਲੈ ਵੀ ਰੇਸ਼ਮਾ ਤਿਆਰੀ ਕਰ ਲੈ, ਮਾਝੇ ਨੂੰ ਕਹਿੰਦੇ ਵੱਡਾ ਮਾਣ ਮਿਲਣਾ 20 ਤੇ 21 ਅਕਤੂਬਰ ਨੂੰ ਮੈਲਬੌਰਨ ਦੇ ਵਿੱਚ ਰੌਣਕਾਂ ਲੱਗਣਗੀਆਂ, ਜਿੱਥੇ ਕਹਿੰਦੇ ਵੱਡੀ ਗੱਡੀ ਦਿੱਤੀ ਜਾਣੀ ਹੈ, ਮਸਟੈਂਗ ਗੱਡੀ ਦਿੱਤੀ ਜਾਣੀ, ਜਿਹੜਾ ਟੂਰਨਾਮੈਂਟ ਦਾ ਬੈਸਟ ਹੋਵੇਗਾ। ਸੋਨੂੰ ਖੇਮ ਕਰਨ, ਸਨੀ ਖੇਮ ਕਰਨ। ਉੱਧਰ ਕਹਿੰਦੇ ਪਿੰਦਾ ਖਹਿਰਾ ਸਾਡਾ ਵੀਰ, ਲਵ ਖੱਖ ਅਰਸ਼ ਖੱਖ ਤੇ ਪਾਲ ਭੰਗੂ ਹੁਣੀ ਸੁਨੇਹੇ ਦੇ ਰਹੇ ਹੈ। ਖੱਖ ਪ੍ਰੋਡਕਸ਼ਨ ਵੱਲੋਂ ਵੱਡਾ ਉਪਰਾਲਾ ਹੋਵੇਗਾ, ਰੌਣਕਾਂ ਲੱਗਣਗੀਆਂ ਮੈਲਬੌਰਨ ਦੇ ਵਿੱਚ ਮੇਰੇ ਮਿੱਤਰੋ। ਇੱਧਰ ਕਹਿੰਦੇ ਲਾਲਪੁਰੀਏ ਮੰਨੇ ਵੀ ਰੇਡ, ਜਾਂ ਫਿਰ ਚਾਰਾਂ ਦੇ ਵਿੱਚੋਂ ਕੌਣ ਕਰਵਾਊ ਬੱਲੇ ਬੱਲੇ, ਸਾਰਾ ਟੱਬਰ ਹੀ ਪੈ ਗਿਆ ਹੋਏ। ਜਿਵੇਂ 751 ਬਣਾਉਣੀ ਹੁੰਦੀ ਹੈ, ਨਹੀਂ ਉਹ ਰੀਸ ਹੈ, ਕਿਉਂਕਿ ਏਡਾ ਬੰਦਾ ਫੜਨਾ ਤੇ ਫਿਰ ਦੋਵਾਂ ਦਾ ਵੱਸ ਹੈ। ਦਵਿੰਦਰ ਹੋਣੀ, ਗੁਰਪ੍ਰਤਾਪ ਹੋਣੀ, ਗੁਰਲਾਲ ਹੋਣੀ ਕਹਿੰਦੇ ਗੁਰਦਿੱਤਾ ਜਿੰਨੇ ਜੱਫੇ ਲਾਵੇਗਾ। ਚਮਕੌਰ ਹੋਣੀ ਕਹਿੰਦੇ 200 ਦਿੱਤੇ ਜਾਣਗੇ, ਇੱਕ ਜੱਫੇ ਦੇ 200 ਦਿੱਤਾ ਜਾਣਾ। ਲਓ ਕਹਿੰਦੇ ਅਮਨ ਦੀ ਰੇਡ ਤੇ ਢੰਡਾਂ ਦੀ ਧਰਤੀ ਦਾ ਰਾਣਾ ਮੇਰੇ ਮਿੱਤਰੋ, ਦੇਖੋ ਬੱਲੇ 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 ਹੋਏ। ਕਿਤੇ ਫੇਰ ਕਰਾਂਗੇ ਦੁੱਖ ਸਾਂਝੇ, ਅੱਜ ਉਹ ਵੀ ਆਇਆ ਨਾਲ ਮੇਰੇ, ਨਹੀਂ ਉਹ ਰੀਸ ਹੈ। ਲਓ ਕਹਿੰਦੇ ਰਾਣੇ ਨੇ ਟਰਾਈ ਕੀਤੀ ਹੈ। ਅਗਲੀ ਕਬੱਡੀ ਕਹਿੰਦੇ ਨੌਜਵਾਨ ਸਰਦਾਰ ਹੈ ਕਬੱਡੀ ਦਾ,
लाओ कहते सिंह कबड्डी का रेड पाने लिए वाधा होया ताबल की साउंड आवाज कहते दूर दराडे दिंड गलियों के थाड़ थाड़ बजती है उधर कहते दरख्तों भी बंदे लगे है दरख्तों भी बंदे लगे है इधर कहते कबड्डी पै रही है उधर गोला कहते मनावे वाला साडा वीर लिखता बड़ा वधिया गल्ला कहते हुई गाने भी आ गए है मेरा कहते परमात्मा दी नहीं और रीसा वाहे गभरू है वाहे गभरू है के गोले मनावे ने अज कर दी अपने दिल की भिंडर वाले की दलेरी कितों आऊ जिन्हों कहते रेड बुल पी के दलेरी मिलती गल् हो जरूर गोले वर्गे कहते गल करते लिखते हैं कबड्डी के खिडारियों के लिए कितने भिंडर वाले गल् हुई है इधर कहते कबड्डी भीम पाने के लिए पड़िया होया उधर कहते गुरदित है किशनगढ़ की धरती कबड्डी का टारजन बाई ने एक ने गुरदित्या कुछ करना पैना बाई ने एक ने पुट्ठा हथ मारिया भी गुरदित्ता उही जिहड़ा कनेडा वक्त पाई फिरदा सी जिहड़े कई रेडर गए ना कनेडा उन्हां दी एक लत्त जाच ते एक बाहर हुंदी सी गुरदित्ता हो जांदा सी गल्लां होणगी है लाओ ढोली ढल्लो जवार वाला है पीरिया है पीरे ने भी कहिंदे पिंडां दे विच बल्ले बल्ले कराई है ढोली भी रेड हलो मेरे रब्बा भड़की गया ग्राउंड दे विच बल्ले 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 ढोली ढोली बैठी हुई गोली जाड़ के तुले आवे टोकरा चकारे आने के तुले आवे टोकरा चकारे आने के सतलवार का दुला नहीं यह कहने फ्रिजनो वाला दुला नहीं सुरखपुरी दुला बग्या वाला दुला नहीं यह दुला कहते शहीद वाला जिन्हें पद के कबड्डी पाई दुला ते दुला ही है नहीं रीस है कमाल कर दी मुंडे ने मैं भी मनावे वाले मेला सक्सैस है लोगों के बुलों के हासे है दुनिया कहते आनंद लै रही है भी मेला कहते बड़ा लोग नजारा लै रहे है कठ भी बड़ा है अजय भी कहते कबड्डी पै रही है पीरा सरहाली वाला प्यार है नाल कहते गिंदर लो देखांगे सामने कौन बल्ले बल्ले करवाऊ मेरे मित्रों लो कबड्डी पै गई देखो लगता जोर बल्ले 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 बाबा वे कलाम रोड नी मिठी लावे जोर बाबा गेर गड्डी दा अड़ गया धक्का लाउंदी दा सा 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 चढ़ गया भाई वाह नहीं और रीस है लाओ गल्ला हो गई है इधर कहते जोबन भी कबड्डी पै रही है जोबन कहते आ गया है जोबन चोला साहब की धरती का सुखमन के पिंडा का अर्श के पिंडा का नौजवान इस वेले रे पाने के लिए वध्या होया सामने चार रे लाओ कहते इस वेले काके ने ट्राई की है ते जोबन चोले वाला है एक तगड़े नंबर का वाधा करता होया है हैप्पी चोले वाला भी आया होया है सुखे वर्गे पुजे है कुलवंत काका कलेर भी आया साडा बड़ा वीर है निम्रता बड़ी है काकिया रब ने लकोया भी कुछ नहीं औखा की है दुनिया से ना पैदा करना औखा है गल्लां किवें होईयां काका साडा वीर है महापुरशां दी कहिंदे बड़ी कृपा है पर लालपुरिया मन्ना कहिंदे रेड पाउण दे लई वाधा होया है कम्मू भलवान का कहिंदे नाम चलिया ग्राउंडां दे विच इधर कहिंदे मन्ना लालपुरिया है मन्ना कहिंदे ऐप की नहीं अमरीका गया है जदों पिछले साल अमरीका गया ना ते कहिंदे एयरपोर्ट तो सीधा ग्राउंड च चला गया सी है ते कहिंदे कईयां कप्पां दा बैफ सी लालपुरिया मन्ना ते लोकां ने बड़ा मैसेज कीता पहला कनेडा ते फिर इंग्लैंड फिर गल्लां कहिंदे अमरीका दियां चलिया है इधर कहिंदे नौजवान रेशम रेड पाउण दे लई वधिया होया खेड दे मैदान दे विच इह आ रेशम कहिंदे चंबे वाला कबड्डी पा रहा है उधर चार जाफी है लाओ कीती होई ट्राई चिप कट के यारा ने किल कट के कीती ठोक के तसली वाली झंड मित्रो राजे खिल अत का भी सिरा हो गया अज झड़गी शरीर वाली कंड मित्रो राजे खिल अत का भी सिरा हो गया अज झड़गी शरीर वाली कंड मित्रो लाओ कबड्डी कहते सरदार की पैन लगी है कबड्डी का सिंह कहते कबड्डी पा रहा है लै भी सरहाली वाले कुछ ना कुछ करना पैना है कुछ ना कुछ करना पैना है जा कह जलालपुरीए नू जा कह गोपी नू जा कह करमजीत नू उधर जाके कहो मैं थोड़ा उन्होंने पैसे दिते आ तुसी मैं कमेंटर हाँ मैं कमेंटरी कर सकता मैं रेडा नहीं पवा सकता किसी दी उधर जाके कहो
ਤੁਸੀਂ ਪਲੀਜ਼ ਜਾਓ ਸੁਖਮਣ ਗਰਾਊਂਡ ਚ। ਅੰਕਲ ਕਹਿੰਦੇ ਕਬੱਡੀ ਪਾ, ਸੁਖਮਣ ਅੰਕਲ ਜਾ ਕੇ ਮੱਥੇ ਤੇ ਲੱਗੋ ਉੱਧਰ, ਕਿਉਂਕਿ ਮੈਨੂੰ ਤਾਂ ਹਰੇਕ ਹੀ ਆ ਕੇ ਕਹਿ ਦਿੰਦਾ ਲਾਓ। ਕਹਿੰਦੇ ਅਮਨ ਦੀ ਕਬੱਡੀ ਪੈ ਰਹੀ ਹੈ, ਬਾਅਦ ਚ ਪਲੇਅਰ ਕਹਿੰਦੇ ਤੂੰ ਕਮੈਂਟਰੀ ਨਾਲ ਮਤਲਬ ਰੱਖਿਆ ਕਰ, ਕਿਉਂਕਿ ਸਾਡਾ ਫਰਜ਼ ਆ ਕਮੈਂਟਰੀ ਕਰਨੀ, ਰੇਡਾਂ ਪਵਾਉਣੀਆਂ ਨੀ, ਤੁਸੀਂ ਪੈਸੇ ਦਿੱਤੇ ਪਵਾਓ। ਲਾਓ ਸਾਹਮਣੇ ਰੇਡ ਪੈ ਰਹੀ ਹੈ, ਬਾਈ ਵਾਹ ਨਹੀਂ ਉਰੀਸਾ, ਬੱਲੇ ਬੱਲੇ ਹੋ ਗਈ ਮੇਰੇ ਮਿੱਤਰ। ਉਧਰ ਕਹਿੰਦੇ ਗੁਰਦਿੱਤ ਦੇ ਦੂਜੇ ਪਾਸੇ ਕਹਿੰਦੇ ਅਮਨ ਲੱਗਦਾ ਜੋਰ ਕਬੱਡੀ 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 ਕਬੱਡੀ। ਪਹਿਲਾਂ ਮੈਂ ਤੇ ਸੋਚਿਆ ਵੀ ਪੈ ਗਈਆਂ ਜੱਫੀਆਂ ਜਿਵੇਂ ਏਅਰਪੋਰਟ ਦੇ ਘੁੜਮਣੀਆਂ ਮਿਲਦੀਆਂ, ਪਰ ਗੱਲ ਟਿਕਾਣੇ। ਡਾਕਟਰ ਜਰਨੈਲ ਸਿੰਘ ਜੀ ਭੁੱਲਰ ਵੱਡਾ ਮਾਣ ਭੇਜਦੀ ਹੈ, ਬਹੁਤ ਵੱਡਾ ਧੰਨਵਾਦ ਹੈ ਡਾਕਟਰ ਜਰਨੈਲ ਸਿੰਘ ਜੀ ਭੁੱਲਰ। ਲਾਓ ਸਾਹਮਣੇ ਇਸ ਵੇਲੇ ਕਹਿੰਦੇ ਢੋਲੀ ਦੀ ਕਬੱਡੀ ਪੈ ਰਹੀ ਹੈ, ਇਹ ਹੈ ਕਹਿੰਦੇ ਢੋਲੀ ਢਿੱਲੋ ਝਬਾਲ ਵਾਲਾ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ। ਜਾਂ ਫਿਰ ਚਾਰ ਤੇ ਦੂਜੇ ਪਾਸੇ ਕਹਿੰਦੇ ਇਸ ਵੇਲੇ ਗੋਪੀ ਹੈ ਤੇਜਾ ਸਿੰਘ ਵਾਲਾ ਪਿੰਡ ਹੈ ਮੁੰਡੇ ਦਾ। ਲਓ ਭੀਮ ਕਹਿੰਦੇ ਆ ਗਿਆ ਰੇਡ ਪਾਉਣ ਦੇ ਲਈ, ਭੀਮ ਦੀ ਕਹਿੰਦੇ ਕਬੱਡੀ ਪੈ ਰਹੀ ਹੈ। ਉਧਰ ਗੁਰਦਿੱਤੇ ਵਰਗੇ ਚਾਰ ਨੇ, ਕਾਕਾ ਢੋਟੀਆਂ ਵਾਲਾ, ਰਾਣਾ ਢੰਡਾਂ ਵਾਲਾ, ਤੇ ਕਹਿੰਦੇ ਚੌਥਾ ਵੀ ਵੱਡਾ ਮੱਲ ਕਬੱਡੀ ਦਾ, ਜਿਵੇਂ ਮਾੜੀ ਨੇਗੀ ਦੇ ਰਾਜੇ ਦਾ ਕਹਿੰਦੇ ਨਾਂ ਵੱਡਾ ਨਾ, ਉਹ ਵੀ ਇੱਕ ਤੂਫਾਨ ਬਣ ਕੇ ਮੁੰਡਾ ਉੱਠਿਆ। ਇੱਧਰ ਕਹਿੰਦੇ ਭੀਮ ਦੀ ਕਬੱਡੀ ਪੈ ਰਹੀ ਹੈ, ਉੱਧਰ ਕਾਕੇ ਢੋਟੀਆਂ ਵਾਲੇ ਨੇ ਟਰਾਈ ਕੀਤੀ ਹੈ, ਤੇ ਦੁਬਲੀ ਵਾਲਾ ਲਾ ਲਾ ਕੇ ਮਾਰਦਾ, ਜਿਵੇਂ ਅੱਕਿਆ ਜਵਾਕ ਸਕੂਲੋਂ ਆ ਕੇ ਬੂਟ ਜਰਾਬਾਂ ਲਾ ਲਾ ਮਾਰਦਾ ਹੁੰਦਾ, ਐਣ ਕਹਿੰਦੇ ਭੀਮ ਅੱਜ ਲਾ ਲਾ ਕੇ ਮਾਰਦਾ। ਅਗਲੀ ਰੇਡ ਫਿਰ ਕਹਿੰਦੇ ਕਿਤੇ ਕੰਗ ਕੱਲੇ ਵਾਲੇ ਦੀਆਂ ਗੱਲਾਂ ਚੱਲੀਆਂ, ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਰੇਡ ਪਾ ਰਿਹਾ। ਜਿੱਤ ਕੋਈ ਜਾਵੇ ਪਰ ਲੋਕਾਂ ਨੇ ਸਵਾਦ ਲੈ ਲਿਆ ਕਬੱਡੀ ਦਾ, ਜਿੱਤ ਕੋਈ ਜਾਵੇ ਪਰ ਲੋਕਾਂ ਨੇ ਸਵਾਦ ਲੈ ਲਿਆ ਕਬੱਡੀ ਦਾ। ਇੱਧਰ ਕਹਿੰਦੇ ਸਿੰਘ ਦੀ ਕਬੱਡੀ ਪੈ ਰਹੀ ਹੈ, ਕਿ ਭਗਤ ਸਿੰਘ ਨਾ ਚੜਦਾ ਫਾਂਸੀ, ਨਾ ਦੁਨੀਆਂ ਚੇਤੇ ਕਰਦੀ ਰਾਣੀ ਝਾਂਸੀ, ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ, ਕੱਚੇ ਘੜੇ ਦੀ ਗੱਲ ਨਾ ਹੁੰਦੀ, ਜੇ ਸੋਹਣੀ ਚਨਾਨਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ, ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗਾਉਣਾ ਨਹੀਂ ਸੀ, ਜੇ ਕਲਮ ਹੁੰਦੀ ਉਹਦੇ ਘਰ ਦੀ। ਲਓ ਗੱਲਾਂ ਹੋਣਗੀਆਂ ਸੁਖਮਣ ਦੀ ਰੇਡ, ਸੁਖਮਣ ਆ ਗਿਆ, ਸੁਖਮਣ ਆ ਗਿਆ, ਸੁਖਮਣ ਦੀ ਕਬੱਡੀ ਪੈ ਰਹੀ ਆ। ਜਾਫੀ ਚਾਰ ਜਾਂ ਦੋ ਪੈ ਜਾਓ ਤੇ ਜਾਂ ਪਾਸਿਆਂ ਤੇ ਕੁੰਡੇ ਲਵਾ ਲਓ, ਸੁਖਮਣ ਤੇ ਸੁਖਮਣ ਹੀ ਹੈ। ਲੈ ਵੀ ਬਾਈ ਹੁਣ ਖੁਸ਼ ਹੈ, ਗੱਲਾਂ ਹੋਣਗੀਆਂ। ਇੱਧਰ ਕਹਿੰਦੇ ਇਸ ਵੇਲੇ ਰੇਡ ਲਾਓ, ਕਹਿੰਦੇ ਇਸ ਵੇਲੇ ਰੇਡ ਮੰਨੇ ਦੀ ਪੈ ਰਹੀ ਹੈ, ਮੰਨੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ। ਲਾਲ ਪੁਰੀਆ ਰੇਡ ਪਾ ਰਿਹਾ, ਉੱਚਾ ਲੰਮਾ ਗੱਭਰੂ ਹੈ। ਲਾਓ ਸਾਹਮਣੇ ਚਾਰ ਨੇ ਜਲਾਲਪੁਰੀਆ, ਪਰ ਆਹ ਦੇਖਾਂਗੇ ਸਾਹਮਣੇ ਸੁੱਖਾ ਭੂਰਿਆਂ ਵਾਲਾ ਹੋਏ, ਬਈ ਵਾਹ ਮੰਨਾ ਕਹਿੰਦੇ ਭੱਜ ਗਿਆ ਲਾਲਪੁਰ ਵਾਲਾ। ਦੁੱਲੇ ਦੀ ਕਹਿੰਦੇ ਰੇਡ ਆ ਗਈ ਹੈ, ਦੁੱਲਾ ਕਹਿੰਦੇ ਨੌਜਵਾਨ ਸ਼ਹੀਦਾਂ ਵਾਲਾ ਲਾਡੀ ਦੇ ਪਿੰਡਾਂ ਦਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ। ਐਣ ਕਹਿੰਦੇ ਕਬੱਡੀ ਕਿਸੇ ਕੋਚ ਨੇ ਧੁੰਨ ਧੁੰਨ ਕੇ ਭਰੀ ਆ ਪਿੰਡੇ ਦੇ ਵਿੱਚ, ਇੱਧਰ ਧੱਕੇ ਮਾਰ ਕੇ ਬਾਹਰ ਕੱਢਿਆ ਜਿਵੇਂ ਖੰਡ ਪਾਠਲੇ ਘਰੋਂ ਸ਼ਰਾਬੀ ਕੱਢੀ ਦਾ। ਇਹ ਰਾਣਾ ਹੈ ਕਹਿੰਦੇ ਢੰਡਾਂ ਵਾਲਾ, ਇਹਦੀ ਕਹਿੰਦੇ ਵੀ ਚੜ੍ਹਤ ਰਹੀ ਹੈ ਮਲੇਸ਼ੀਆ ਦੇ ਮੈਦਾਨਾਂ ਦੇ ਵਿੱਚ ਵੀ ਬੱਲੇ ਬੱਲੇ ਕਰਵਾਈ ਹੈ। ਇੱਧਰ ਢੋਲੀ ਢਿੱਲੋਂ ਕਹਿੰਦੇ ਝਬਾਲ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਢੋਲੀ ਦੀ ਕਹਿੰਦੇ ਕਬੱਡੀ ਪੈ ਰਹੀ ਹੈ। ਇੱਕ ਵਾਰੀ ਸਾਹਮਣੇ ਗੱਲਾਂ ਹੋਣਗੀਆਂ, ਲਓ ਸਾਹਮਣੇ ਦੇਖਾਂਗੇ ਇਸ ਵੇਲੇ ਗੋਪੀ ਨਾਲ ਕਹਿੰਦੇ ਗੁਰਦਿੱਤ ਦੀਆਂ ਗੱਲਾਂ, ਨਾਲ ਕਹਿੰਦੇ ਸੁੱਖੇ ਦੀਆਂ ਗੱਲਾਂ, ਨਾਲ ਗਿੰਦਰ ਦੀਆਂ ਗੱਲਾਂ, ਨਾਲ ਹੈਪੀ ਦੀਆਂ ਗੱਲਾਂ, ਗੱਲਾਂ ਹੋਣਗੀਆਂ ਜ਼ਰੂਰ। ਲਓ ਢੋਲੀ ਕਹਿੰਦੇ ਰੇਡ ਪਾਉਣ ਦੇ ਲਈ ਵਧਿਆ ਹੋਇਆ, ਜਾਫੀ ਚਾਰ ਚੱਕੇ ਜਾਮ, ਪੱਲੇ 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 ਪੱਲੇ, ਭੂਰਿਆਂ ਵਾਲਾ ਮੁੰਡਾ ਤੇ ਕਮਾਲ ਹੀ ਕਰ ਗਿਆ, ਸੁੱਖਾ ਤੇ ਕਮਾਲ ਹੀ ਕਰ ਗਿਆ, ਨਹੀਂ ਉਹ ਰੀਸਾ ਹੈ, ਸੁੱਖੇ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ, ਗੱਲਾਂ ਹੋਣਗੀਆਂ। ਲੈ ਵੀ ਗਿੰਦਰਾ ਤੇਰੇ ਪਿੰਡ ਦਾ ਕਹਿੰਦੇ ਮੁੰਡਾ ਕਮਾਲ ਹੀ ਕਰ ਗਿਆ। ਉਧਰ ਅਗਲੀ ਰੇਡ ਕਹਿੰਦੇ ਆ ਗਿਆ ਜੋਬਣ, ਜੋਬਣ ਕਹਿੰਦੇ ਨੌਜਵਾਨ ਚੋਲਾ ਸਾਹਿਬ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਰਾਣਾ ਕਹਿੰਦੇ ਢੰਡਾਂ ਵਾਲਾ ਕਮਾਲ ਦਾ ਜਾਫੀ ਹੈ, ਗੁਰਦਿੱਤ ਵਰਗੇ ਵੱਡੇ ਮੱਲ ਕਬੱਡੀ ਦੇ ਚਾਰਾਂ ਦੇ ਵਿੱਚੋਂ ਕੌਣ, ਲਓ ਢੰਡਾਂ ਵਾਲੇ ਰਾਣੇ ਦੇ ਨਾਲ ਕਹਿੰਦੇ ਮੁਕਾਬਲਾ ਹੈ। ਉਧਰ ਕਹਿੰਦੇ ਜੋਬਣ ਦੀ ਕਬੱਡੀ, ਜੋਬਣ ਦੇ ਰਾਣਾ, ਰਾਣਾ ਦੇ ਜੋਬਣ, ਬੱਲੇ 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 ਬੱਲੇ, ਨੰਬਰ ਰੇਡਰ ਦਾ ਨੰਬਰ ਕਰਿਆਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਅਗਲੀ ਕਬੱਡੀ ਕਹਿੰਦੇ ਫਿਰ ਨੌਜਵਾਨ ਸਿੰਘ ਹੈ ਕਬੱਡੀ ਦਾ, ਕਹਿੰਦੇ ਸਰਦਾਰ ਹੈ ਕਬੱਡੀ ਦਾ, ਹੁਣ ਤਾੜੀ ਫਿਰ ਵੱਜੂ
ਜਦੋਂ ਕਿਤੇ ਕਰੜਾ ਜਾ ਜੱਫਾ ਲੱਗਾ ਨਾ ਤੇ ਤਾੜੀ ਕਹਿੰਦੇ ਫਿਰ ਜਿਹੜੀ ਉਹ ਵੱਜੇਗੀ ਖੇਡ ਦੇ ਮੈਦਾਨ ਦੇ ਵਿੱਚ। ਇੱਧਰ ਕਹਿੰਦੇ ਰੇਡ ਸਿੰਘ ਦੀ ਭੈਰੀ ਹੈ ਕਿ ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ ਕਿ ਕਿਉਂ ਕਰਦੀ ਤਰਪਾਈਆਂ ਉੱਤੜੇ ਕਾਜਾਂ ਨੂੰ, ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ। ਲਓ ਕਹਿੰਦੇ ਕਬੱਡੀ ਸਿਰੇ ਦੀ ਚਾਫ ਲੈਣ ਕਹਿੰਦੇ ਸਿਰੇ ਦੀ, ਲਓ ਕਹਿੰਦੇ ਕੌਣ ਸ਼ਹੀਦਾਂ ਦੀ ਧਰਤੀ ਦੇ ਕਰਮਜੀਤ ਸਿੰਘ ਹੈ ਪਰ ਨੰਬਰ ਕਹਿੰਦੇ ਫਤਿਹਾਬਾਦ ਦੇ ਹਿੱਸੇ, ਕਰਮਾਂ ਵਾਲੀ ਧਰਤੀ ਹੈ, ਕੰਮੂ ਭਲਵਾਨ ਨੇ ਮਸ਼ਹੂਰ ਕੀਤਾ ਪਿੰਡ ਦੁਨੀਆ ਦੇ ਵਿੱਚ। ਗੱਲਾਂ ਸੱਤੂ ਵਰਗਿਆਂ ਦੀਆਂ ਚੱਲੀਆਂ, ਗੁਰਦਿੱਤ ਵਰਗੇ ਵੱਡੇ ਮਾਲੋ ਸੇਰੀਏ ਨੇ ਪੈਦਾ ਕੀਤੇ ਹੈ, ਰੇਸ਼ਮ ਹੈ ਕਹਿੰਦੇ ਚੰਬੇ ਵਾਲਾ ਜਿਹਨੇ ਵੱਧ ਕੇ ਕਬੱਡੀ ਪਾਈ ਹੈ। ਉੱਧਰ ਕਹਿੰਦੇ ਝਾਕਾ ਕਿਸੇ ਹੋਰ ਨਾ, ਇਹ ਏਦਾਂ ਲੋਟ ਨਹੀਂ ਆਉਣਾ, ਇਹਦਾ ਕੁਝ ਹੋਰ ਕਰਨਾ ਪੈਣਾ ਕਿਉਂਕਿ ਇਹਨੇ ਢੇਰੀ ਵਾਲੀ ਖੇਡੀ ਹੈ। ਢੇਰੀ ਵਾਲੀ ਸਾਰਿਆਂ ਨੇ ਖੇਡੀ ਹੈ ਪਰ ਜਿਹੜੇ ਕਹਿੰਦੇ ਢੇਰੀ ਵਾਲੀ ਖੇਡ ਗਏ ਨਾ ਉਹ ਕਹਿੰਦੇ ਦੁਨੀਆਂ ਚ ਨਹੀਂ ਡੋਲਦੇ ਕਿਉਂਕਿ ਇਹਨਾਂ ਦੇ ਵੱਡ ਵਡੇਰਿਆਂ ਨੇ ਕੌਡੀ ਖੇਡੀ ਹੈ। ਸਿਆਣੇ ਕਹਿੰਦੇ ਜੇ ਨੀਂ ਮਜ਼ਬੂਤ ਹੋਵੇ ਨਾ ਤੇ ਫਿਰ ਨਹੀਂ ਡੋਲਦਾ, ਬੰਦਾ ਫਿਰ ਨਹੀਂ ਡੋਲਦਾ ਜੇ ਨੀਂ ਮਜ਼ਬੂਤ ਹੋਵੇ। ਇੱਧਰ ਕਹਿੰਦੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ, ਲਓ ਕਹਿੰਦੇ ਚਾਰ ਨੇ ਇੱਧਰ ਗਿੰਦਰ ਨੇ ਟਰਾਈ ਕੀਤੀ ਹੈ ਤੇ ਲਾਲਪੁਰੀਆ ਮੰਨਾ ਫਿਰ ਫਿੱਟ ਹੋ ਗਿਆ, ਲਾਲਪੁਰੀਆ ਮੰਨਾ ਫਿਰ ਫਿੱਟ ਹੋ ਗਿਆ। ਅਗਲੀ ਕਬੱਡੀ ਕਹਿੰਦੇ ਮਸਤਗੜ੍ਹ ਦੀ ਧਰਤੀ ਦਾ ਅਮਨ ਪਾਉਣ ਦੇ ਲਈ ਵਾਧਾ ਹੋਇਆ, ਅਮਨ ਕਹਿੰਦੇ ਮਸਤਗੜ੍ਹ ਹੀ ਇਸ ਵੇਲੇ, ਨੌਜਵਾਨ ਰੇਡ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰ। ਜਾਂ ਫਿਰ ਚਾਰ ਨੇ, ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਮਨਾਵੇਂ ਪਿੰਡ ਦੇ ਮੁੰਡੇ ਦੇਖ ਲਓ ਵੱਖਰੇ ਸ਼ੌਕ ਪਗਾਉਂਦੇ ਨੇ, ਬਸਾ ਨੋਹਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ, ਖਰੇ ਖੋਟੇ ਦੀ ਪਰਖ ਇਹਨਾਂ ਨੂੰ, ਗੱਲ ਕਰਦੇ ਟਣਕਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ। ਨੰਬਰ ਅਮਨ ਮਸਤਗੜੀਏ ਦੇ ਹਿੱਸੇ ਜੁੜਦਾ ਹੋਇਆ, ਨੰਬਰ ਕਹਿੰਦੇ ਅਮਨ ਦੇ ਹਿੱਸੇ ਖੇਡ ਦੇ ਮੈਦਾਨ ਦੇ ਵਿੱਚ। ਲਓ ਢੋਲੀ ਢਿੱਲੋ ਕਹਿੰਦੇ ਆ ਗਿਆ ਹੈ, ਝਬਾਲ ਦੀ ਧਰਤੀ ਹੈ, ਨੌਜਵਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਲਓ ਗਿੰਦਰ ਤੇ ਨਾਲ ਕਹਿੰਦੇ ਕਰਮਜੀਤ ਹੈ ਤੇ ਹਰਮਨ ਕਹਿੰਦੇ ਤੇ ਨਾਲ ਕਹਿੰਦੇ ਪੱਲੇ 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 ਪੱਲੇ, ਇਹ ਕੌਣ ਹੈ? ਇਹ ਕਹਿੰਦੇ ਯਾਰ ਹੈ ਖੇਮ ਕਰਨੀ ਹੈ ਸੋਨੂ ਦਾ, ਇਹ ਯਾਰ ਹੈ ਕਹਿੰਦੇ ਖੇਮ ਕਰਨੀ ਹੈ ਸਨੀ ਦਾ, ਇਹ ਯਾਰ ਹੈ ਕਹਿੰਦੇ ਮੋਤੀ ਸ਼ਾਹ ਦੇ ਬੇਟਿਆਂ ਦਾ। ਲਓ ਕਹਿੰਦੇ ਗਿੰਦਰ ਨੇ ਕਮਾਲ ਕੀਤੀ ਹੈ। ਅਗਲੀ ਰੇਡ ਕਹਿੰਦੇ ਭੀਮ ਪਾਉਣ ਦੇ ਲਈ ਵਾਧਾ ਹੋਇਆ, ਭੀਮ ਪਾਉਣ ਦੇ ਲਈ ਕਹਿੰਦੇ ਅਗਲੀ ਰੇਡ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਜਾਂ ਫਿਰ ਚਾਰ ਮੁੜਕੋ ਮੁੜਕੀ ਕਹਿੰਦੇ ਜਵਾਨੀਆਂ ਹੋ ਗਈ ਹੈ, ਜਵਾਨੀਆਂ ਕਹਿੰਦੇ ਮੁੜਕੋ ਮੁੜਕੀ ਹੋ ਗਈ ਹੈ। ਲਓ ਸਾਹਮਣੇ ਝੁਕਿਆ ਹੋਇਆ ਮੁੰਡਾ ਕਹਿੰਦੇ ਤੀਰ ਵਰਗਾ ਕਮਾਨ ਬਣ ਗਿਆ, ਲਓ ਦੋ ਨੰਬਰ ਤੋਂ ਕਹਿੰਦੇ ਟਰਾਈ ਕੀਤੀ ਪੱਲੇ, ਮੈਨੂੰ ਲੱਗਦਾ ਢੂਈ ਨੂੰ ਮਿੱਟੀ ਨਹੀਂ ਲੱਗੀ। ਭੀਮ ਨੇ ਕੈਨੇਡਾ ਦੇ ਵਿੱਚ ਵੀ ਕਹਿੰਦੇ ਬੱਲੇ ਬੱਲੇ ਕਰਾਈ ਹੈ, ਪਹਿਲੀ ਵਾਰੀ ਗਿਆ ਤੇ ਪਹਿਲੀ ਵਾਰੀ ਕਹਿੰਦੇ ਐਨ ਕਹਿਰ ਕਰ ਛੱਡਿਆ ਮੁੰਡੇ ਨੇ, ਮੈਨੂੰ ਲੱਗਦਾ ਮੈਚ ਮੁੱਕ ਗਿਆ, ਮੈਚ ਮੁੱਕ ਗਿਆ। ਇਹਦਾ ਲੇਖਾ ਜੋਖਾ ਜਿਹੜਾ ਵੀਰ ਜ਼ਰੂਰ ਦੱਸਣਗੇ ਵੀ ਕਿਹਦੇ ਕਿੰਨੇ ਨੰਬਰ ਸਨ। ਦੱਸਣਗੇ ਜ਼ਰੂਰ ਸਾਡੇ ਵੀਰ, ਫਤਿਹਾਬਾਦ ਦੇ ਨੰਬਰ ਨੇ 27 ਤੇ ਗਿੰਦਰ ਦੀ ਟੀਮ ਦੇ ਘਰਿਆਲੇ ਦੇ ਨੰਬਰ ਨੇ 39। ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਜੇਤੂ ਰਹੀ ਹੈ ਇਸ ਮੈਚ ਦੇ ਵਿੱਚੋਂ, ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਜੇਤੂ ਰਹੀ ਆਹ ਮੈਚ ਦੇ ਵਿੱਚੋਂ। ਸਾਰੇ ਵੀਰਾਂ ਨੂੰ ਮੁਬਾਰਕਾਂ ਨੇ, ਸਾਰੇ ਪ੍ਰਬੰਧਕਾਂ ਨੂੰ, ਔਰ ਇੰਨਾ ਸਮਾਂ ਬੋਲਦੇ ਹੋਇਆ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਉੱਚਾ ਨਹੀਂ ਬੋਲੇਗਾ।